ਜ਼ਿਲ੍ਹਾ ਜਲੰਧਰ ਔਰ ਜੋ ਸਮਾਜ ਪਾਰਟੀ ਅੱਜ ਜੋ ਰੋਸ ਪ੍ਰਦਰਸ਼ਨ ਅਸੀਂ ਐਸਸੀ ਐਸਟੀ ਐਕਟ ਦੇ ਸੰਬੰਧ ਵਿੱਚ ਕੀਤਾ ਹੈ ਬਹੁਜਨ ਸਮਾਜ ਪਾਰਟੀ ਵੱਲੋਂ ਉਹਨੂੰ ਬਹੁਤ ਸਾਥੀਆਂ ਨੇ ਬਹੁਤ ਵਧੀਆ ਹੰਗਾਰਾ ਦਿੱਤਾ ਅਗਰ ਮੋਦੀ ਨੇ ਇਹ ਜਿਹੜਾ ਸਾਡੇ ਉੱਤੇ ਐਸਸੀ ਐਕਟ ਵਾਲਾ ਜਿਹੜਾ ਸਾਡੇ ਇਹਨੂੰ ਕਮਜ਼ੋਰ ਕੀਤਾ ਜੇ ਇਹਨਾਂ ਨੂੰ ਦੁਬਾਰਾ ਨਾ ਇਹਦੇ ਵਿਚਾਰ ਦੀ ਲਿਆਂਦਾ ਤਾਂ ਹੋ ਸਕੇ ਸਾਨੂੰ ਇਹ ਤੋਂ ਬਹੁਤ ਵੱਡਾ ਸੰਘਰਸ਼ ਕਰਨਾ ਪਵੇ ਤਾਂ ਗੱਲ ਬਣੀ ਤਾਂ ਇਹਨਾਂ ਦੇ ਘਰਾਂ ਦੇ ਅੱਗੇ ਜੋ ਜਲੰਧਰ ਦਾ ਕੂੜਾ ਸਾਰਾ ਛਡਾਇਆ ਜਾਊਗਾ ਤਾਂ ਹੀ ਇਹਨਾਂ ਨੂੰ ਇਹਨਾਂ ਮਨੋਬਲ ਦੇ ਲੋਕਾਂ ਨੂੰ ਅਕਲ ਆਊਗੀ ਜੈ ਭੀਮ ਜੈ ਭਾਰਤ ਬਲਵਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ ਦਾ ਜਲੰਧਰ ਮੈਂ ਬਲਵਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ ਦਾ ਜਲੰਧਰ ਚੋਣ ਇੰਚਾਰਜ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਦੇਸ਼ ਵਿਆਪੀ ਅੰਦੋਲਨ ਦੇ ਤਹਿਤ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਦੇ ਤਹਿਤ ਦੇਸ਼ ਭਰ ਦੇ ਵਿੱਚ ਬੀਜੇਪੀ ਆਦਿ ਜਿਹੜੀਆਂ ਲੋਕ ਮਾਰੂ ਨੀਤੀਆਂ ਆ ਦਲਿਤ ਬੈਕਵਰਡ ਮਾਈਨੋਰਟੀ ਦੇ ਖਿਲਾਫ ਹੈਗਾ ਜਿਹੜੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਟ ਕੀਤਾ ਜਾ ਰਿਹਾ ਆ ਜਿਹੜੇ ਉਹਨਾਂ ਦੇ ਅਧਿਕਾਰ ਖੋਏ ਜਾ ਰਹੇ ਆ ਪ੍ਰਾਰਥਨਾ ਕਰਨ ਕਹਿਆ ਜਾ ਰਿਹਾ ਆ ਐਸਸੀ ਐਸਟੀ ਐਕਟ ਨੂੰ ਖਤਮ ਕੀਤਾ ਜਾ ਰਿਹਾ ਆ ਜਦ ਉਹ ਵੀ ਉਸ ਸਮੇਂ ਜਦੋਂ ਕਿ ਦੇਸ਼ ਦੇ ਵਿੱਚ ਰੋਜ਼ ਹੀ ਦਲਿਤਾਂ 'ਤੇ ਅੱਤਿਆਚਾਰ ਹੋ ਰਹੇ ਆ ਉਹਨਾਂ ਦਾ ਕਤਲੇਆਮ ਹੋ ਰਿਹਾ ਆ ਬਲਾਤਕਾਰ ਹੋ ਰਹੇ ਆ ਅਤੇ ਉਹ ਇਸ ਤਰ੍ਹਾਂ ਦਾ ਜਿਹੜਾ ਕਿ ਪੂਰੇ ਬਹੁਜਨ ਸਮਾਜ ਦਾ ਘਾਟ ਕੀਤਾ ਜਾ ਰਿਹਾ ਆ ਉਸ ਦੇ ਵਿਰੋਧ ਦੇ ਵਿੱਚ ਅਸੀਂ ਪੰਜਾਬ ਭਰ ਦੇ ਵਿੱਚ ਪਾਰਟੀ ਵੱਲੋਂ ਪ੍ਰਦਰਸ਼ਨ ਕੀਤੇ ਆ ਔਰ ਉਸ ਲੜੀ ਦੇ ਤਹਿਤ ਅੱਜ ਜਲੰਧਰ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਸੀਗਾ ਅਤੇ ਅੱਜ ਅਸੀਂ ਬੀਜੇਪੀ ਆਰਐਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਆ ਔਰ ਇੱਕ ਤਰ੍ਹਾਂ ਦਾ ਸੰਕੇਤਿਕ ਪ੍ਰਦਰਸ਼ਨ ਸੀਗਾ ਔਰ ਅਸੀਂ ਸਰਕਾਰ ਨੂੰ ਅਗਵਾਈ ਦੇਣਾ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਇਹ ਜਿਹੜੀ ਸਰਕਾਰ ਹੁੰਦੀ ਉਹਦਾ ਮਕਸਦ ਹੁੰਦਾ ਆ ਕਿਉਂਕਿ ਲੋਕਾਂ ਦੇ ਪੈਸੇ ਨਾਲ ਚੱਲਦੀ ਆ ਉਹਦਾ ਮਕਸਦ ਉਹਦਾ ਪਰਪਸ ਹੁੰਦਾ ਆ ਵੀ ਉਹ ਸਾਰਿਆਂ ਦੇ ਵਿਕਾਸ ਲਈ ਕਰੀਏ ਉਹ ਵਿਕਾਸ ਕੰਮ ਕਰੇ ਨਾ ਕਿ ਬਹੁਜਨ ਸਮਾਜ ਦੇ ਵਿਨਾਸ਼ ਲਈ ਕੰਮ ਕਰੇ ਇਸ ਕਰਕੇ ਚੇਤਾਵਨੀ ਆ ਕਿ ਮੋਦੀ ਨੇ ਆਪਣੇ ਮਤਲਬ ਕੰਮਕਾਜ ਦਾ ਤਰੀਕਾ ਨਹੀਂ ਬਦਲਿਆ ਅਤੇ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਇਸ ਤੋਂ ਵੀ ਹੋਰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਸੀਮਾ ਤੇ ਤੁਹਾਡੇ ਟੀਵੀ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਜਲੰਧਰ ਦੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਬੀਜੇਪੀ ਸਰਕਾਰ ਦੇ ਖਿਲਾਫ ਇੱਕ ਤਿੱਖਾ ਜਿਹੜਾ ਹੈਗਾ ਇੱਥੇ ਧਰਨਾ ਅਤੇ ਅੰਦੋਲਨ ਜਿਹੜਾ ਕੀਤਾ ਗਿਆ, ਬੀਜੇਪੀ ਸਰਕਾਰ ਦਾ ਪੁਤਲਾ ਹੀ ਫੂਕਿਆ ਗਿਆ ਹੈ। ਜਿਹੜਾ ਅੰਦੋਲਨ ਅੱਜ ਚੱਲਿਆ ਹੈ ਇਹ 2 ਅਪ੍ਰੈਲ ਤੱਕ ਕਿਤੇ ਨਾ ਕਿਤੇ ਜਾਏਗਾ, ਕਿਉਂਕਿ ਇਹਦੇ ਵਿੱਚ ਜਿਹੜਾ ਐਸਸੀ ਐਸਟੀ ਐਕਟ ਹੈਗਾ ਆ ਜਾਂ ਦੇਸ਼ ਵਿੱਚ ਹੋਰ ਜਿੰਨੀਆਂ ਵੀ ਤਰੀਕਿਆਂ ਬਹੁਜਨ ਸਮਾਜ ਨਾਲ ਹੋ ਰਹੀਆਂ ਉਹਦੇ ਜਿਹੜੇ ਪ੍ਰਦਰਸ਼ਨ ਵਿੱਚ ਇੱਥੇ ਜਿਹੜਾ ਹੈਗਾ ਉਹਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਉਹਦਾ ਪੁਤਲਾ ਸਾੜਿਆ ਗਿਆ ਹੈ। ਸੋ ਆਉਣ ਵਾਲੀ 2 ਅਪ੍ਰੈਲ ਨੂੰ ਦੇਖਣਾ ਹੋਏਗਾ ਕੀ ਪੂਰੇ ਇੰਡੀਆ ਵਿੱਚ ਜਿਹੜਾ ਐਸਸੀ ਐਸਟੀ ਐਕਟ ਹੈਗਾ ਆ ਸਰਕਾਰ ਨੇ ਸੁਪਰੀਮ ਕੋਰਟ ਨੇ ਉਹਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਸੰਵਿਧਾਨ ਦੇ ਵਿੱਚੋਂ ਉਹਦੇ ਵਿਰੁੱਧ ਕਿੰਨਾ ਜਿਹੜਾ ਵੱਡਾ ਇੱਕ ਵੱਡੇ ਲੈਵਲ 'ਤੇ ਪ੍ਰਦਰਸ਼ਨ ਆ ਉਹ ਹੋਵੇਗਾ। ਕੈਮਰਾਮੈਨ ਕਾਸ਼ ਦੇ ਨਾਲ ਮੈਂ ਸੀਮਾ ਕਲੇਅਰ ਥਰਡ ਟੀਵੀ ਜਲੰਧਰ।